ਇੱਕ ਖੰਘ ਤੋਂ ਯਾਦ ਆਈ, ਸਾਰਿਆਂ ਨਾਲੋਂ ਦੁਨੀਆਂ ਚ ਵੱਡਾ ਝੂਠ ਪਤਾ ਕੀ ਹੈ? ਸਾਰਿਆਂ ਨਾਲੋਂ ਵੱਡਾ ਝੂਠ, ਕੇਜਰੀਵਾਲ ਨੂੰ ਕਦੇ ਖੰਘ ਹੀ ਨਹੀਂ ਸੀ। ਉਹ ਬਾਤ ਤੁਹਾਨੂੰ ਉਹਦੀ ਖੰਘ ਹੀ ਲੈ ਬੈਠੀ ਤੁਹਾਨੂੰ, ਜਿਹੜਾ ਮਫਲਰ ਜਿਹਾ ਠੀਕ ਕਰਕੇ ਬਸ ਉਸੇ ਤੇ ਮਰ ਗਏ ਤੁਸੀਂ। ਹਰ ਬਣਾਉਣਾ ਮੈਂ ਨਾਂ ਲੈਣ ਲੱਗਿਆ ਸੀ ਸੀਐਮ ਦਾ, ਪਰ ਮੈਨੂੰ ਭੁੱਖ ਬਹੁਤ ਲੱਗੀ ਹੈ, ਜੇ ਉਹਦਾ ਨਾਂ ਲੈ ਤਾਂ ਪਤਾ ਤਾਂ ਰੋਟੀ ਨਹੀਂ ਖਾਣੀ। ਐਸਾ ਮਨਹੂਸ ਆਦਮੀ ਹੈ, 2.5 ਸਾਲਾਂ 'ਚ 75,000 ਕਰੋੜ ਦਾ ਕਰਜ਼ਾਈ ਹੋਰ ਕਰਤਾ ਪੰਜਾਬ, ਅਤੇ ਵੋਟ ਜੇ ਕੋਈ ਗੜਬੜ ਕੀਤੀ ਨਾ ਤਾਂ ਠੋਣਾ ਮੈਂ ਤੁਹਾਡੇ ਸਿਰ ਭੰਨਣਾ, ਜੇ ਸ਼ਹਿਰ 'ਚੋਂ ਵੋਟ ਘੱਟ ਪੈ ਗਈ ਤਾਂ ਸਮਝ ਲਓ ਠੋਣਾ ਕਸੂਰਵਾਰ ਤੁਸੀਂ। ਅਰਦਾਸ ਕਰਦਾ ਤੁਸੀਂ ਆਪਣੇ ਇਸ਼ਟ ਨੂੰ ਸਮਰਪਿਤ ਹੋ ਕੇ ਪੂਜਣ ਜੋਗੇ ਹੋਵੋ, ਮਾਣ ਕਰੋ ਆਪਣੇ ਇਸ਼ਟ 'ਤੇ, ਪਰ ਰੱਬ ਅੱਗੇ ਅਰਦਾਸ ਕਿ ਮੌਸਮ ਖੁਸ਼ਗਵਾਰ ਹੋਵੇ, ਸਾਡੀਆਂ ਬੀਬੀਆਂ ਦੇ ਪੈਸੇ ਬਚ ਜਾਣਗੇ, ਪਰ ਭੈਣੋ ਨਿਕਲ ਜਿਓ, ਚੱਲ ਕੋਈ ਗੱਲ ਨਹੀਂ 500-500 ਵੱਧ ਲੱਗ ਜਾਓ ਬੀਡੀ ਪਾਰਲਰ 'ਤੇ, ਉਹ ਵੱਧ ਚੁੱਕਾ, ਪਰ ਜਾ ਆਇਓ, ਚੱਲਿਓ ਕਿਤੇ ਘਰੇ ਹੀ ਨਾ ਰਹਿ ਜਿਓ। ਵੀ ਅੱਜ ਸ਼ਨਿਚਰਵਾਰ ਹੈ ਜੀ, ਤੁਸੀਂ ਮਸਾਂ ਵਿਹਲੇ ਹੋਏ ਹੋ, ਚਲੋ ਬਣਾਉਣੀ ਹੈ ਛੋਲੇ ਭਟੂਰੇ ਅੱਜ, ਨਾ ਮਿਹਨਤ ਵਾਲੀ ਗੱਲ ਹੈ, ਜ਼ਰੂਰ ਜਾਇਓ, ਵੋਟ ਪਾਉਣ ਜਾਇਓ, ਗਰਮੀ ਤੋਂ ਬਚਿਓ, ਸਮਾਂ ਜ਼ਿਆਦਾ ਹੋ ਗਿਆ, ਕੋਈ ਰੁਕਾਵਟ ਨਾ ਹੋਵੇ। ਬਿੱਟੂ ਵੀਰ ਆਏ ਨੇ, ਭਰਾ ਆ ਮੇਰਾ ਛੋਟਾ, ਮਾਣ ਹੈ ਇਹਦੇ 'ਤੇ ਮੈਨੂੰ, ਰੱਬ ਜਿੱਡਾ ਮਾਣ ਹੈ। ਜੇ ਮੈਂ ਗੱਲ ਕਰੂੰਗਾ ਤਾਂ ਸ਼ਾਇਦ ਥੋੜ੍ਹਾ ਜਿਹਾ ਹਿਚਕਚਾਉਣਾ ਪੈ ਜਾਵੇ ਕੁਛ ਇੱਕ ਬੈਠੇ ਲੋਕਾਂ ਨੂੰ, ਕਿਉਂਕਿ 2.5 ਸਾਲ ਪਹਿਲਾਂ ਕੁਛ ਇੱਕ ਲੋਕਾਂ ਨੇ ਝਾੜੂ ਨੂੰ ਜ਼ਰੂਰ ਵੋਟ ਪਾਈ ਹੋਣੀ, ਜਿਹੜਾ ਇਹੋ ਜਿਹੇ ਕਰਕੇ ਹੱਸਦੇ ਨੇ ਉਹ ਜ਼ਰੂਰ ਪਾਏ ਹੋਣੀ। ਕੋਈ ਗੱਲ ਨਹੀਂ, ਦੌਰ ਸੀ, ਪਰ ਕਈ ਵਾਰ ਐਸੀਆਂ ਗੱਲਾਂ ਹੋ ਜਾਂਦੀਆਂ ਨੇ, ਐਸੀ ਚੀਜ਼ ਹੋ ਜਾਂਦੀ ਹੈ ਕਿ ਜਿੱਥੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਉਹ ਸਭ ਤੋਂ ਵੱਡੀ ਨਮੋਸ਼ੀ ਜੇ ਕੋਈ ਹੋਈ ਹੈ ਸਾਤੋਂ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ। ਮੈਂ ਅਸੀਂ ਬਹੁਤ ਪਛੜ ਗਏ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਪਛੜ ਗਏ ਹਾਂ, ਅਸੀਂ ਹਮੇਸ਼ਾ ਹੀ ਸ਼ਾਇਦ ਕਿਤੇ ਨਾ ਕਿਤੇ ਗਲਤੀ ਗੁਸਤਾਖੀ ਕਰਦੇ ਰਹੇ ਹਾਂ, ਅਸੀਂ ਪਛੜ ਗਏ ਹਾਂ, ਸੱਚਮੁੱਚ ਅਸੀਂ ਪਛੜ ਗਏ ਹਾਂ, ਅਸੀਂ 24ਵੇਂ 25ਵੇਂ ਨੰਬਰ 'ਤੇ ਖੜ੍ਹੇ ਹਾਂ ਇਸ ਵੇਲੇ। ਨਾਲਾ ਪੱਕਾ ਕਰਨਾ ਜਾਂ ਨਾਲੀ ਪੱਕੀ ਕਰਨੀ, ਸਟਰੀਟ ਲਾਈਟ ਲੱਗ ਜਾਣੀ, ਇਹ ਭਾਰਤ ਦੀ ਤਰੱਕੀ ਨਹੀਂ ਹੈ। ਇਹ ਜਦੋਂ MC ਦੀਆਂ ਵੋਟਾਂ ਹੋਣਗੀਆਂ ਉਦੋਂ ਜ਼ਰੂਰ ਗੱਲਾਂ ਕਰਾਂਗੇ। ਇਸ ਇਨਸਾਨ ਨੂੰ ਜੇ ਦਿੱਲੀ ਜਾਣ ਦਾ ਮੌਕਾ ਤੁਸੀਂ ਦਿੱਤਾ ਤੇ ਗੱਲਾਂ ਇਹਨੇ ਉਸ ਥੁਆਇਸ ਦੀਆਂ ਸਕੱਡ ਮਿਜ਼ਾਈਲਸ ਨੂੰ ਅੱਗੇ ਤੋਰਨ ਦੀਆਂ ਕਰਨੀਆਂ ਨੇ। ਚਾਹੇ ਚਾਈਨਾ ਨੇ ਸ਼੍ਰੀਲੰਕਾ ਨੂੰ, ਦੂਸਰੀ ਗੱਲ, ਚਾਈਨਾ ਨੇ ਸ਼੍ਰੀਲੰਕਾ ਨੂੰ ਬਹੁਤ ਜ਼ਿਆਦਾ ਕਰਜ਼ਾ ਦੇ ਤਾ, ਉਸ ਤੋਂ ਬਾਅਦ ਚਾਈਨਾ ਨੇ ਕਿਹਾ ਕਿ ਜਾਂ ਸਾਡੇ ਪੈਸੇ ਮੋੜ ਜਾਂ ਸਾਨੂੰ ਆਪਦੇ ਟਿਕਾਣੇ ਬਣਾਉਣ ਦੇ। ਨਰਿੰਦਰ ਮੋਦੀ ਸਾਹਿਬ ਨੇ ਓਵਰਨਾਈਟ ਇੰਨਾ ਰੁਪਈਆ ਦਿੱਤਾ ਕਿ ਚਾਈਨਾ ਦੇ ਬਰਾਬਰ ਜਾ ਖੜੇ ਹੋਏ। ਚਾਈਨਾ ਅਤੇ ਸ਼੍ਰੀਲੰਕਾ, ਸ਼੍ਰੀਲੰਕਾ ਅਤੇ ਇੰਡੀਆ ਦੇ ਵਿਚਾਲੇ ਇੱਕ ਚਾਈਨਾ ਦਾ ਬੇੜਾ ਖੜਾ ਸੀ, ਜਿਹੜਾ ਸਾਡੀ ਖੰਘ ਵੀ ਸੁਣ ਸਕਦਾ ਸੀ ਕਿ ਹੌਬੀ ਖੰਘਿਆ ਕਿ ਕੌਣ ਖੰਘਿਆ। ਚਲੋ, ਤਾਂ ਦੋ ਦੇਸ਼ਾਂ ਦੇ ਸਾਡੇ ਵਿਚਾਲੇ ਇੱਕ ਬੇੜਾ ਸੀ, ਜਿਹੜਾ ਤੁਹਾਡੀ ਖੰਘ ਵੀ ਮਾਪ ਸਕਦਾ ਸੀ ਕਿ ਲੁਧਿਆਣੇ ਦੀ ਕਿਹੜੀ ਕੋਠੀ ਦੇ ਕਿਹੜੇ ਕਮਰੇ ਦੇ ਵਿੱਚ ਕਿਹੜਾ ਬੰਦਾ ਕਿੰਨਾ ਖੰਘਿਆ। ਇੱਥੋਂ ਤੱਕ ਸਾਡੀ ਟੈਕਨੋਲੋਜੀ ਦੀ ਤਰੱਕੀ ਇਹ ਹੈ ਕਿ ਅਸੀਂ ਵੀ ਉਸ ਬੇੜੇ ਦੇ ਉੱਪਰ ਦੀ ਉੱਡ ਸਕਦੇ ਸੀ ਜਾਂ ਬੇੜਾ ਲਾ ਸਕਦੇ ਸੀ, ਜਿਹੜਾ ਬੇੜਾ ਸਾਡੇ ਉੱਥੇ 6 ਮਹੀਨੇ ਤੋਂ ਖੜਾ ਸੀ ਚਾਈਨਾ ਦਾ, ਉੱਥੇ 2.5 ਮਿੰਟ ਸਾਡਾ ਹੈਲੀਕਾਪਟਰ ਦੇ ਉੱਤੇ ਗਿਆ ਅਤੇ ਉਹ ਬੇੜੇ ਦਾ ਟੋਟਲ ਡਾਟਾ ਕਰਪਟ ਹੋਇਆ ਸਾਡੀ ਟੈਕਨੋਲੋਜੀ।
ਉਹ ਬੇੜੇ ਦਾ ਰੂਟ ਕਰਪਟ ਹੋਇਆ, ਉਹਨਾਂ ਨੂੰ ਰੂਟ ਰੀਰੂਟ ਕਰਾਉਣਾ ਪਿਆ ਚਾਈਨਾ ਤੋਂ, ਫਿਰ ਬੇੜਾ ਗਿਆ, ਬੇੜਾ ਇਸ ਵਕਤ ਉੱਥੇ ਹੈ ਨਹੀਂਗਾ। ਉਸ ਤਰੱਕੀ ਦੀ ਗੱਲ ਕਰਨੀ ਆ, ਉਸ ਸੋਚ ਦੇ ਨਾਲ ਗੱਲ ਕਰਨੀ ਆ, ਉਸ ਆਪਦੇ ਫਿਊਚਰ ਦੇ ਨਾਲ ਗੱਲ ਕਰਨੀ, ਆਪਦੀਆਂ ਨਸਲਾਂ ਦੀ ਗੱਲ ਕਰਨੀ ਹੈ। ਗੱਲ ਗੱਲ ਦਾ ਫਰਕ ਹੁੰਦਾ। ਇਹ ਵੋਟ ਪੰਚਾਇਤ ਦੀ ਨਹੀਂ ਹੈ, ਇਹ ਵੋਟ ਐਮ ਸੀ ਦੀ ਨਹੀਂ ਹੈ, ਇਹ ਵੋਟ ਭਾਰਤ ਦੀ ਹੈ। ਦੁਨੀਆਂ ਦੇ ਵਿੱਚ ਭਾਰਤ ਨੇ ਕਿੱਥੇ ਖੜਨਾ, ਤੇ ਭਾਰਤ ਨੂੰ ਖੜਾਉਣ ਵਾਲੇ ਐਮ ਪੀ ਦੇ ਵਿੱਚ ਤੁਸੀਂ ਬਿੱਟੂ ਨੂੰ ਬਾਈ ਨੂੰ ਕਿੱਥੇ ਖੜਾਉਣਾ। ਗੱਲ ਇਹ ਹੈ, ਲੁਧਿਆਣੇ ਦੇ ਲੋਕਾਂ ਨੇ ਆਪਦੇ ਆਪ ਨੂੰ ਕਿੱਥੇ ਖੜਾ ਕਰਨਾ, ਗੱਲ ਉਹ ਹੈ। ਗੱਲ ਸਿਰਫ ਇੰਨੀ ਹੈ, ਗੱਲ ਸੋਚ ਦੀ ਹੈ, ਗੱਲ ਵੋਟ ਦੀ ਹੈ। ਮੈਂ ਅਰਦਾਸ ਕਰੂੰਗਾ ਕਿ ਪ੍ਰੈਡਿਕਸ਼ਨ ਜਿਹੜੀ ਹੈ ਕਿ ਥੋੜ੍ਹਾ ਜਿਹਾ ਮੀਂਹ ਆਉਣਾ 30 ਤਰੀਕ ਨੂੰ, ਮੈਂ ਕਹਿੰਦਾ ਰੱਜ ਕੇ ਪੈ ਚੁੱਕੀ, ਮੌਸਮ ਖੁਸ਼ਗਵਾਰ ਹੋ ਜਾਵੇ, ਹਵਾ ਸੋਹਣੀ ਚੱਲ ਪਈ ਹੈ, ਤਾਂ ਤਾਂ ਥੋੜ੍ਹੇ ਜਿਹੇ ਬੱਦਲ ਹੀ ਕਰ ਦੇ। ਸਹੀ ਰਸਤੇ 'ਤੇ ਤੁਰਿਆ ਸਾਨ ਹੈ। ਪਰ ਸਭ ਤੋਂ ਵੱਡੀ ਗੱਲ ਕਿ ਮੇਰੀ ਡਿਊਟੀ ਸੰਗਰੂਰ ਲੱਗੀ ਹੋਈ ਹੈ। ਮੈਂ ਸ਼ਰੇਆਮ ਕਹਿੰਦਾ ਕਿ ਮੈਂ ਪਿੰਡਾਂ ਦੇ ਵਿੱਚ ਜਾ ਰਿਹਾ, ਅਤੇ ਪਿੰਡਾਂ 'ਚੋਂ ਇੱਕ ਗੱਲ ਜਿਹੜੀ ਨਿਕਲ ਕੇ ਆਈ ਹੈ ਕਿ ਅਸੀਂ ਐਵੇਂ ਸ਼ਰਮੋ ਸ਼ਰਮੀ ਗੱਲ ਨਹੀਂ ਕਰ ਰਹੇ, ਪਰ ਜਿਸ ਵੀ ਪਿੰਡ ਦੇ ਵਿੱਚ ਕਿਸੇ ਧੀ ਭੈਣ ਨੇ, ਪੁੱਤ ਨੇ, ਵੀਰ ਨੇ, ਬਜ਼ੁਰਗ ਨੇ, ਕਿਸੇ ਜਾਤ ਧਰਮ ਉਮਰ ਦੇ ਬੰਦੇ ਨੇ ਜੇ ਕਿਤੇ ਬੂਥ ਲਾ ਲਿਆ, ਤਾਂ ਹਰ ਪਿੰਡ 'ਚੋਂ ਅੱਜ ਸੰਗਰੂਰ ਦੇ ਦਿੜਵੇ ਇਲਾਕੇ 'ਚੋਂ 30-35% ਵੋਟ ਪੈ ਰਹੀ ਹੈ। ਘਬਰਾਇਓ, ਆਪਣਾ ਖਿਆਲ ਰੱਖਿਓ, ਆਪਣੇ ਪਿਆਰਿਆਂ ਦਾ ਖਿਆਲ ਰੱਖੋ। ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ, ਕਮਲ ਦਾ ਫੁੱਲ ਜ਼ਿੰਦਾਬਾਦ, ਸਰਦਾਰ ਰਵਨੀਤ ਸਿੰਘ ਪਿੰਟੂ ਜ਼ਿੰਦਾਬਾਦ।